ਹੁਣ ਪਟਿਆਲਾ ਦੇ ਹੀ ਵਾਰਡ ਨੰਬਰ 10 ਅਤੇ 15 ਦੀ ਤਸਵੀਰ ਤੁਹਾਨੂੰ ਦਿਖਾਉਂਦੇ ਹਾਂ ਜਿੱਥੇ ਦੇ ਲੋਕ ਮੌਜੂਦਾ ਕੌਂਸਲਰ ਵੱਲੋਂ ਕਰਵਾਏ ਗਏ ਕੰਮਾਂ ਤੋਂ ਸੰਤੁਸ਼ਟ ਨਜ਼ਰ ਆ ਰਹੇ ਨੇ। ਇੰਡੀਅਨ ਨਿਊਜ਼ ਪੰਜਾਬ ਦੀ ਟੀਮ ਸ਼ਾਹੀ ਸ਼ਹਿਰ ਦੇ ਵਾਰਡ ਨੰਬਰ 15 'ਚ ਪਹੁੰਚ ਚੁੱਕੀ ਹੈ। ਅੱਜ ਤੋਂ ਪਹਿਲਾਂ ਇਸ ਵਾਰਡ ਨੂੰ ਜਿਹੜਾ 10 ਦੇ ਨਾਲ ਜਾਣਾ ਚਾਹੁੰਦਾ ਸੀ, ਨਵੀਂ ਵਾਰਡ ਬੰਦੀ ਤੋਂ ਬਾਅਦ ਜਿਹੜਾ ਹੈ ਇਹ ਵਾਰਡ ਜਿਹੜਾ ਹੈਗਾ 15 ਦੇ ਵਿੱਚ ਆਇਆ। ਉਰੇ ਅਕਾਲੀ ਦਲ ਦੇ ਉਮੀਦਵਾਰ ਬਲਵਿੰਦਰ ਸਿੰਘ ਮੱਲੀ ਜਿਹੜੇ ਹੈਗੇ ਆ ਲਾਸਟ ਟਾਈਮ ਜਿੱਤੇ ਸਨ ਅਤੇ ਹੁਣ ਉਹਨਾਂ ਦੀ ਜਿਹੜੇ ਹੈਗੇ ਆ ਵਾਈਫ ਜਿਹੜੇ ਹੈਗੇ ਆ ਉਹ ਮੈਦਾਨ ਦੇ ਵਿੱਚ ਨੇ। ਇਸ ਵਾਰਡ ਦੇ ਕਿਹੜੇ ਕੰਮ ਹੋਏ ਜਾਂ ਨਹੀਂ ਹੋਏ ਇਸ ਬਾਰੇ ਅਸੀਂ ਵਾਰਡ ਦੇ ਹੀ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਦੇ ਵਿਕਾਸ ਕਾਰਜ ਹੋਣੇ ਬਾਕੀ ਨੇ ਜਾਂ ਹੋਏ ਨੇ। ਸਾਡੇ ਨਾਲ ਕੁਝ ਵਾਰਡ ਦੇ ਲੋਕ ਨੇ, ਉਹਨਾਂ ਨਾਲ ਹੀ ਗੱਲ ਕਰਦੇ ਹਾਂ। ਭਾਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਕਿਹੜੇ ਵਾਰਡ ਵਿੱਚ ਰਹਿੰਦੇ ਹੋ ਅਤੇ ਗੱਲ ਕਰੀਏ ਜੇ ਵਾਰਡ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕਿ ਤੁਹਾਨੂੰ ਇਸ ਵਾਰਡ ਦੇ ਵਿੱਚ ਕੁਝ ਦਿਖਦਾ ਵਾ। ਦੇਖੋ, ਇਸ ਤਰ੍ਹਾਂ ਸਾਡਾ ਪਹਿਲਾਂ ਵਾਰਡ ਨੰਬਰ 10 ਸੀਗਾ ਅਤੇ ਸਾਡੀ ਨੁਮਾਇੰਦਗੀ ਸਰਦਾਰ ਅਮਰਿੰਦਰ ਸਿੰਘ ਮਾਲੀ ਕਰਦੇ ਸੀਗੇ ਸ਼੍ਰੋਮਣੀ ਅਕਾਲੀ ਦਲ ਦੇ, ਅਤੇ ਹੁਣ ਉਹਨਾਂ ਦੇ ਕਿਉਂਕਿ ਵਾਰਡ ਲੇਡੀ ਰੇਅਰਬ ਹੋਣ ਕਰਕੇ ਉਹਨਾਂ ਦੇ ਮਿਸਿਜ ਇੱਥੇ ਨੁਮਾਇੰਦਗੀ ਕਰ ਰਹੇ ਨੇ। ਔਰ ਇਸ ਤਰ੍ਹਾਂ ਵੀ ਵਾਰਡ ਦਾ ਜਿੰਨਾ ਮੈਕਸੀਮਮ ਉੱਤੇ ਵਿਕਾਸ ਕਰਵਾ ਸਕਦੇ ਸੀ ਕਰਵਾਇਆ ਗਾ। ਔਰ ਪਹਿਲਾਂ ਕਿਉਂਕਿ ਵਾਰਡ ਸਾਰਾ ਹੀ ਅਨਡਿਵੈਲਪਡ ਸੀਗਾ, ਬਾਰਡਰ ਦੇ ਹੋਣ ਕਰਕੇ ਇਹਦੀ ਪਹਿਲਾਂ ਕਿਸੇ ਨੇ ਸਾਰ ਨਹੀਂ ਲਈ ਸੀ। ਇਹਨਾਂ ਨੇ ਪੂਰੀ ਮਿਹਨਤ ਕਰਕੇ ਇੱਥੇ ਸੀਵਰੇਜ, ਪਾਣੀ, ਸੜਕਾਂ ਦੀ ਡਿਵੈਲਪਮੈਂਟ ਕਰਾਈ ਹੈ, ਲਾਈਟਾਂ ਲਗਵਾਈਆਂ ਨੇ, ਔਰ ਉਮੀਦ ਹੈ ਵੀ ਹੁਣ ਇਹਨਾਂ ਨੂੰ ਕੋਈ ਇਹਦੀ ਦਿੱਕਤ ਨਹੀਂ ਆਏਗੀ ਕਿਉਂਕਿ ਇਹਨਾਂ ਦੇ ਕੰਮ ਬੋਲਦੇ ਨੇ। ਕੰਮ ਬੋਲਦੇ ਨੇ ਭਾਜੀ, ਗੱਲ ਕਰੀਏ, ਤੁਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਲੱਗਦੇ ਹੈਗੇ ਹੋ, ਠੀਕ ਹੈ, ਅਤੇ ਤੁਹਾਡੀ ਪਾਰਟੀ ਨੇ ਕਿਸ ਤਰ੍ਹਾਂ ਦੇ ਕੰਮ ਜਿਹੜੇ ਇਸ ਵਾਰਡ ਦੇ ਵਿੱਚ ਕਰਾਏ? ਸਾਡੇ ਵਾਰਡ ਦੇ ਵਿੱਚ ਪਹਿਲਾਂ ਬੀਬੀ ਚਰਨਜੀਤ ਕੌਰ ਕੌਂਸਲਰ ਸੀਗੇ ਮਲਵਿੰਦਰ ਸਿੰਘ ਮੱਲੀ ਦੇ ਮਦਰ, ਉਸ ਤੋਂ ਪਹਿਲਾਂ ਇੱਥੇ ਕੋਈ ਵੀ ਡਿਵੈਲਪਮੈਂਟ ਨਹੀਂ ਸੀ, ਸੜਕਾਂ ਕੱਚੀਆਂ ਸੀ, ਸੀਵਰੇਜ ਨਹੀਂ ਸੀ ਹੈਗਾ, ਬਹੁਤ ਬੁਰਾ ਹਾਲ ਸੀਗਾ। ਤਾਂ ਉਹਦੇ ਆਉਣ ਦੇ ਕਾਰਨ ਜਦੋਂ ਅਕਾਲੀ ਦਲ ਦੇ ਵਿੱਚ ਆਏ ਜਾਂ ਇਹ ਕੌਂਸਲਰ ਬਣੇ, ਇਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤੇ, ਬਹੁਤ ਜ਼ਿਆਦਾ ਡਿਵੈਲਪਮੈਂਟ ਕੀਤੀ। ਹੁਣ ਹਰ ਪਾਸੇ ਜੀ ਸਟਰੀਟ ਲਾਈਟਾਂ ਦੀ ਗੱਲ ਆਪਾਂ ਕਰ ਲੈਂਦੇ ਕਿਤੇ ਨਾ ਕਿਤੇ, ਜਾਂ ਇੰਟਰਲੋਕਿੰਗ ਦੀ ਗੱਲ ਕਰ ਲੈਂਦੇ ਸੜਕਾਂ ਦੀ, ਉਹ ਕੀਤੀਆਂ ਸਾਰੀਆਂ ਜਿਹੜੀਆਂ ਕਿ 1947 ਤੋਂ ਪਹਿਲਾਂ ਵੀ ਕਿਤੇ ਜਿਹੜੀਆਂ ਇੱਟਾਂ ਲੱਗੀਆਂ ਸੀ ਉਹੀ ਲੱਗੀਆਂ ਸੀ। ਦੁਬਾਰਾ ਜਿਹੜਾ ਡਿਵੈਲਪਮੈਂਟ ਹੋਈ ਹੈ, ਜੋ ਵੀ ਹੋਈ ਹੈ, ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਗੀ ਦੇ ਵਿੱਚ ਹੋਈ ਹੈ, ਔਰ ਮਾਲਵਿੰਦਰ ਜੀ ਕੌਂਸਲਰ ਸੀਗੇ ਉਹਨਾਂ ਦੀ ਰਹਿਣ ਦੇ ਵਿੱਚ ਹੋਈ ਹੈ। ਹੁਣ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ, ਤੁਸੀਂ ਪਿਛਲੇ ਕਾਫੀ ਲੰਬੇ ਤੋਂ ਇਸ ਵਾਰਡ ਦੇ ਵਿੱਚ ਰਹਿੰਦੇ ਹੋ, ਗੱਲ ਕਰੀਏ ਵਿਕਾਸ ਕਾਰਜਾਂ ਨੂੰ ਲੈ ਕੇ, ਤਾਂ ਤੁਹਾਡੀ ਨਜ਼ਰ ਦੇ ਵਿੱਚ ਕਿਸ ਤਰ੍ਹਾਂ ਦੇ ਵਿਕਾਸ ਕਾਰਜ ਉਰੇ ਹੋਏ ਆ ਜਾਂ ਨਹੀਂ ਹੋਏ ਦੇਖਣ ਨੂੰ ਮਿਲੇ? ਮੈਂ ਇਹ ਜ਼ੋਰ ਨਾਲ ਕਹਿ ਸਕਦਾ ਵੀ ਜੇ ਪਟਿਆਲੇ ਦੇ ਵਿੱਚ ਕਿਤੇ ਡਿਵੈਲਪਮੈਂਟ ਹੋਈ ਹੈ ਤਾਂ 10 ਨੰਬਰ ਵਾਰਡ 'ਚ ਹੋਈ ਹੈ। ਮੈਂ ਇਸ ਨੂੰ ਸਵਰਗ ਕਹਿ ਰਿਹਾ ਹਾਂ। ਲਾਈਟ ਹੈ ਪੂਰੀ, ਇੱਥੇ ਵਾਟਰ ਸਪਲਾਈ ਹੈ, ਕੋਈ ਪਾਣੀ ਦੀ ਸ਼ੋਰਟੇਜ ਕੋਈ ਸਮਾਂ ਸੀ ਅੰਕਲ ਜੀ ਜਦੋਂ ਇਹਨੂੰ ਪਿੰਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਅੱਜ ਤੋਂ ਜੇ 10-12 ਸਾਲ ਪਹਿਲਾਂ ਹੀ ਪੁਰਾਣੀ ਗੱਲ ਕਰੀਏ, ਅਤੇ ਅੱਜ ਜਿਹੜਾ ਹੈਗਾ ਇਹਨੂੰ ਕਹਿੰਦੇ ਕਿ ਡਿਵੈਲਪਮੈਂਟ ਦੇ ਪੱਖੋਂ ਇਹ ਵਧੀਆ ਵਾਰਡ ਮੰਨਿਆ? ਹਾਂਜੀ, 10 ਨੰਬਰ ਵਧੀਆ ਵਾਰਡ ਮੰਨਿਆ ਜਾਂਦਾ, ਅਤੇ ਇੱਥੇ ਹੁਣ ਸਾਰੀਆਂ ਪੂਰੀ ਤਰ੍ਹਾਂ ਸੜਕਾਂ ਸਾਡੀਆਂ ਬਣ ਚੁੱਕੀਆਂ, ਅਤੇ ਵਾਟਰ ਸਪਲਾਈ, ਸਟਰੀਟ ਲਾਈਟ, ਇਹ ਸਾਰੀ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ, ਸਾਰੇ ਹੀ 10 ਨੰਬਰ ਵਾਰਡ ਨੂੰ ਸਾਡੇ MSC ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਕੀਤਾ ਹੈ, ਇਸ ਕਰਕੇ ਇਹ ਹੁਣ ਵੀ ਜਿੱਤਣਗੇ ਜੀ। ਕਾਂਗਰਸ ਸਰਕਾਰ ਆਈ ਹੈ ਵਿਧਾਨ ਸਭਾ ਦੇ ਵਿੱਚ, ਉਹਨੇ ਜਿੱਤ ਪ੍ਰਾਪਤ ਕੀਤੀ, ਤੁਸੀਂ ਕੀ ਮੰਨਦੇ ਹੋ ਕਿ ਕਾਂਗਰਸ ਦੇ ਆਉਣ ਨਾਲ ਪਟਿਆਲਾ ਸ਼ਹਿਰ ਨੂੰ ਜਿਹੜਾ ਕੁਝ ਫਰਕ ਪਊ? ਨਹੀਂ, ਅਜੇ ਤਾਂ ਪਿਛਲੇ ਜਿੰਨੇ ਵੀ ਮਹੀਨੇ ਲੰਘੇ ਆ ਕੋਈ ਫਰਕ ਨਹੀਂ ਪਿਆ, ਸਾਨੂੰ ਕੋਈ ਡਿਵੈਲਪਮੈਂਟ ਨਹੀਂ ਦਿਖੀ। ਮੇਰਾ ਤਾਂ ਨਾਲ ਲੱਗਦਾ ਵਾਰਡ ਹੈ ਕਿਉਂਕਿ ਇਹ ਰਸਤਾ ਇੰਨਾ ਵਧੀਆ, ਇੱਥੋਂ ਅਸੀਂ ਪਹਿਲਾਂ ਬੜੀ ਦੂਰੋਂ ਲੰਘ ਕੇ ਜਾਣਾ ਪੈਂਦਾ ਸੀ, ਇਹ ਵਾਰਡ 'ਚ ਕੰਮ ਇੰਨਾ ਹੋਇਆ, ਸੜਕਾਂ ਇੰਨਾ ਵਧੀਆ ਬਣ ਗਈਆਂ, ਸਾਡਾ ਰਸਤਾ ਮੇਨ ਇੱਧਰੋਂ ਬਣ ਗਿਆ, ਇਸ ਵਾਰਡ ਦੀ ਡਿਵੈਲਪਮੈਂਟ ਸਾਰੇ ਵਾਰਡਾਂ ਨਾਲੋਂ ਸਾਡੇ ਜ਼ਿਆਦਾ ਹੋਈ ਹੈ। ਸਾਡੇ ਨਾਲ ਜਿਹੜੇ ਪਹਿਲਾਂ ਪਾਰਸ਼ਦ ਸਨ ਮਲਵਿੰਦਰ ਸਿੰਘ ਮੱਲੀ, ਉਹਨਾਂ ਨਾਲ ਗੱਲ ਕਰਾਂਗੇ, ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਵੱਲੋਂ ਜਿਹੜੇ ਹੈਗੇ ਕਿਸ ਤਰ੍ਹਾਂ ਦੇ ਕਾਰਜ ਜਿਹੜੇ ਹੈਗੇ ਸੀ ਵਾਰਡ ਨੰਬਰ 15 ਦੇ ਵਿੱਚ ਕੀਤੇ ਗਏ। ਭਾਅ ਜੀ, ਗੱਲ ਕਰੀਏ ਤੁਹਾਡੇ ਦੁਆਰਾ ਕੀਤੇ ਗਏ ਕਾਰਜਾਂ ਦੀ, ਕਿੰਨਾ ਕੁ ਜਿਹੜਾ ਤੁਸੀਂ ਵਿਕਾਸ ਕਾਰਜ ਆਪਣੇ ਵਾਰਡ 'ਚ ਕਰਵਾਇਆ? ਦੇਖੋ ਜੀ, ਮੈਂ ਬੜਾ ਖੁਸ਼ਕਿਸਮਤ ਹਾਂ, ਜਿਹੜਾ ਸੰਗਤ ਨੇ ਇੰਨਾ ਸਹਿਯੋਗ ਦਿੱਤਾ, ਔਰ ਰੱਖੜਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਅਤੇ ਹੁਣ ਖੱਟੜਾ ਸਾਹਿਬ ਦੇ, ਕਦੀ ਸੁਪਨਾ ਵੀ ਨਹੀਂ ਸੀ ਲਿਆ, ਸੱਚੀ ਗੱਲ ਦੱਸੀਏ, ਸੋਚ ਵੀ ਨਹੀਂ ਸਕਦੇ ਸੀ ਵੀ 14-15 ਕਰੋੜ ਰੁਪਈਆ ਗ੍ਰਾਂਟ ਦੇ ਰੂਪ 'ਚ ਸਾਨੂੰ ਬਾਦਲ ਸਾਹਿਬ ਦੇਣਗੇ, ਅਤੇ ਔਰ ਅਸੀਂ ਸਾਰੀ ਦੀ ਸਾਰੀ ਲਾਉਣ 'ਚ ਕਾਮਯਾਬ ਹੋਏ, ਔਰ ਇਹ ਸਾਰੀ ਸੰਗਤ ਦਾ ਆਸ਼ੀਰਵਾਦ ਹੈ। ਕੰਮ ਹੋਏ, ਸੀਵਰੇਜ ਨਹੀਂ ਸੀ, ਸੀਵਰੇਜ ਪਾਇਆ, ਆਊਟਰ ਏਰੀਆ ਸੀ ਵਾਰਡ ਨੰਬਰ 10, ਉਦੋਂ ਜਦੋਂ ਅਸੀਂ ਸੀਵਰੇਜ ਦੀ ਗੱਲ ਕਰਦੇ ਸੀ ਸਾਡਾ ਲੋਕ ਮਜ਼ਾਕ ਵੀ ਕਈ ਵਾਰੀ ਉਹਨਾਂ ਨੂੰ ਭੁਲੇਖਾ ਪੈਂਦਾ ਸੀ ਵੀ ਪੋਲੀਟੀਕਲ ਲੋਕ, ਪਰ ਅੱਜ ਉਹ ਚੀਜ਼ ਹਕੀਕਤ ਸਾਬਤ ਹੋ ਗਈ, ਅੱਜ ਅਸੀਂ ਬੜੇ ਮਾਣ ਨਾਲ, ਬੜੇ ਖੁਸ਼ੀ ਮਨ ਨਾਲ ਕਹਿ ਸਕਦੇ ਹਾਂ ਵੀ ਸਾਡੇ ਵਾਰਡ ਨੰਬਰ 10 ਦਾ ਜਿਹੜਾ ਵਿਕਾਸ ਹੋਇਆ ਉਹ ਕਦੀ ਵੀ ਨਹੀਂ, ਕਿਉਂਕਿ ਨਾ ਤਾਂ ਲਾਈਟਾਂ, ਨਾ ਸੀਵਰੇਜ, ਨਾ ਪਾਣੀ। ਹੁਣ ਦੇਖੋ ਤੁਸੀਂ ਕਿਤੇ ਵੀ ਚਲੇ ਜਾਓ, ਮਤਲਬ ਲਾਈਟ, ਇੰਟਰਲੋਕਿੰਗ ਟਾਈਲਾਂ, ਸੜਕਾਂ ਬਣ ਗਈਆਂ, ਸੁਵਿਧਾ ਸੈਂਟਰ ਖੁੱਲ੍ਹ ਗਏ, ਟਿਊਬਵੈੱਲ ਲੱਗ ਗਏ, ਮਤਲਬ ਕਮਲ ਕਲੋਨੀ, ਸ਼ਹੀਦ ਊਧਮ ਸਿੰਘ ਨਗਰ, ਚਿੱਲ, ਜਿੰਨਾ ਵੀ ਏਰੀਆ ਹੈ, ਮਤਲਬ ਗ੍ਰੀਨ ਪਾਰਕ ਕਲੋਨੀ ਹੈ, ਤੁਸੀਂ ਕਿਤੇ ਵੀ ਕਿਸੇ ਸੰਗਤ ਕੋਲ ਜਾਓਗੇ ਉਹ ਮਨੋ ਦਿਲੋਂ ਖੁਸ਼ ਹੈ
ਵੀ ਵਾਕਈ ਜੇ ਕੰਮ ਕੀਤੇ ਨੇ ਮਾਲਵਿੰਦਰ ਨੇ ਕੀਤੇ ਨੇ, ਸ਼੍ਰੋਮਣੀ ਅਕਾਲੀ ਦਲ ਨੇ ਕੀਤੇ। ਸਾਡੇ ਨਾਲ ਕੁਝ ਵਾਰਡ ਦੀਆਂ ਔਰਤਾਂ ਵੀ ਨਾਲ ਵੀ ਗੱਲ ਕਰਦੇ ਆ। ਮੈਡਮ, ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਕਿ ਜਿਵੇਂ ਕਿ ਤੁਸੀਂ ਵਾਰਡ ਨੰਬਰ 15 ਦੀ ਨਿਵਾਸੀ ਹੋ, ਇੱਕ ਮਹਿਲਾ ਨੂੰ ਕਿਹਾ ਜਾਂਦਾ ਕਿ ਘਰ ਦਾ ਸ਼ਿੰਗਾਰ ਹੁੰਦਾ, ਘਰ ਦੇ ਵਿੱਚ ਹਰ ਤਰ੍ਹਾਂ ਦੀ ਜੇ ਸੀਵਰੇਜ ਨਾ ਹੋਵੇ ਤਾਂ ਵੀ ਪ੍ਰੋਬਲਮ ਆਉਂਦੀ ਹੈ, ਪਾਣੀ ਨਾ ਹੋਵੇ ਤਾਂ ਵੀ ਪ੍ਰੋਬਲਮ ਆਉਂਦੀ ਹੈ, ਤੁਹਾਨੂੰ ਆਪਣੇ ਵਾਰਡ ਦੇ ਵਿੱਚ ਜੇ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੀ ਦਿੱਕਤ ਜਾਂ ਸਹਿਣੀ ਪਈ ਜਾਂ ਨਹੀਂ ਸਹਿਣੀ? ਸਾਨੂੰ ਕੋਈ ਦਿੱਕਤ ਨਹੀਂ ਸਹਿਣੀ ਪਈ ਜੀ, ਸਾਡੇ ਕੋਲ ਲਾਈਟ, ਸਾਰੇ ਸੀਵਰੇਜ, ਸੜਕਾਂ ਪੱਕੀਆਂ, ਸਾਰਾ ਕੁਛ ਓਕੇ ਕਰਿਆ ਹੋਇਆ ਸਰ ਇਹਨਾਂ ਨੇ, ਮਾਲਵਿੰਦਰ ਸਰ। ਤੇ ਦੂਜੀ ਗੱਲ ਇਹ ਹੈ, ਸਾਨੂੰ ਕੋਈ ਦਿੱਕਤ ਨਹੀਂ ਆਉਂਦੀ ਜੇ ਅਸੀਂ ਕਦੇ ਵੀ ਚਲੇ ਜਾਂਦੇ ਹਾਂ ਇਹਨਾਂ ਕੋਲ, ਸਾਨੂੰ ਕਦੇ ਹੈ ਨਹੀਂ ਕਹਿੰਦੇ ਵੀ ਕੱਲੂ ਆਏ ਹੋ ਜਾਂ ਪਰਸੋਂ, ਐਟ ਏ ਟਾਈਮ ਸਾਡਾ ਕੰਮ ਕਰਕੇ ਦਿੰਦੇ। ਇਸ ਵਾਰ ਤੁਸੀਂ ਚੋਣ ਮੈਦਾਨ ਦੇ ਵਿੱਚ ਹੈਗੇ ਹੋ, ਕਿੰਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ 'ਚ ਵਿਚਰਦੇ ਪਏ ਹੋ? ਜਿੱਦਾਂ ਹੁਣ ਸਾਰੇ ਕੰਮ ਹੁਣ ਤੱਕ ਮਾਲਵਿੰਦਰ ਸਿੰਘ ਜੀ ਨੇ ਕੀਤੇ ਨੇ ਪਿਛਲੇ 10 ਸਾਲਾਂ ਤੋਂ, ਸੜਕਾਂ, ਸੀਵਰੇਜਿਸ, ਲਾਈਟ, ਸਾਰਾ ਕੁਝ ਹੋਇਆ, ਤਾਂ ਹੁਣ ਸਾਨੂੰ ਅੱਗੋਂ ਵੀ ਇਹੀ ਆਸ ਹੈ ਕਿ ਸਾਰੇ ਸੰਗਤ ਖੁਸ਼ ਹੈ ਸਾਡੇ ਤੋਂ, ਸਾਨੂੰ ਹੁਣ ਫੇਰ ਇੱਕ ਵਾਰੀ ਜਿੱਤ ਪ੍ਰਾਪਤ ਹੋਏਗੀ, ਤੇ ਜਿਹੜੇ ਰਹਿੰਦੇ ਕੰਮ ਨੇ ਅਸੀਂ ਉਹ ਕਰਾਂਗੇ ਅੱਗੋਂ ਵੀ, ਤੇ ਇਹਨਾਂ ਦੀ ਸੇਵਾ 'ਚ ਹਮੇਸ਼ਾ ਹਾਜ਼ਰ ਰਹਾਂਗੇ। ਇਹ ਸਨ ਵਾਰਡ ਨੰਬਰ 15 ਦੇ ਨਾਗਰਿਕ, ਜਿਨ੍ਹਾਂ ਦੇ ਅਨੁਸਾਰ ਲਗਭਗ ਸਾਰੇ ਹੀ ਕੰਮ ਜਿਹੜੇ ਹੈਗੇ ਆ, ਡਿਵੈਲਪਮੈਂਟ ਦੇ ਜਿਹੜੇ ਕੰਮ ਹੈਗੇ ਆ, ਉਰੇ ਹੋਏ ਹੋਏ ਨੇ। ਜੇ ਉਹ ਕੁਝ ਰਹਿੰਦੇ ਨੇ ਤਾਂ ਉਹਨਾਂ ਨੂੰ ਆਸ ਹੈ ਕਿ ਜੋ ਮੌਜੂਦਾ ਕੌਂਸਲਰ ਸੀ ਪਹਿਲਾਂ ਅਤੇ ਹੁਣ ਜਿਹੜੇ ਉਹਨਾਂ ਦੀ ਵਾਈਫ ਜਿਹੜੀ ਚੋਣ ਮੈਦਾਨ ਦੇ ਵਿੱਚ ਉਤਰੇ ਨੇ, ਉਹ ਕਰਾਉਣਗੇ। ਕਾਂਗਰਸ ਤੋਂ ਦੀ ਗੱਲ ਕਰੀਏ, ਕਾਂਗਰਸ ਨੇ ਵੀ ਜਿਹੜੇ ਹੈਗੇ ਦਾਅਵੇ ਕੀਤੇ ਹੈਗੇ ਆ। ਦੇਖਣਾ ਹੋਏਗਾ ਕਿ ਜਿਹੜੀ ਜਨਤਾ ਜਿਹੜੀ ਹੈਗੀ ਹੈ ਇਸ ਵਾਰ ਵਾਰਡ ਨੰਬਰ 15 ਦੇ ਵਿੱਚ ਕਿਸ ਨੂੰ ਜਿਹੜੀ ਹੈ ਉਹ ਜਿੱਤ ਦਵਾਏਗੀ। ਪਟਿਆਲਾ ਤੋਂ ਕੈਮਰਾਮੈਨ ਅਤੁਲ ਦੇ ਨਾਲ ਇੰਦਰਜੀਤ ਬਖਸ਼ੀ, ਇੰਡੀਆ ਨਿਊਜ਼ ਪੰਜਾਬ ਦੇ ਲਈ।